2024 ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕਰਦੇ ਸਨ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਆਪਣੀ ਨੈਤਿਕ ਹਾਰ ਕਬੂਲ ਕਰ ਲਈ ਤੇ ਜਿਹੜੇ 8 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ ਉਹਦੇ 'ਚ 5 ਮੰਤਰੀ, 2 ਤਿਤਲੀਆਂ ਤੇ 1 ਕਲਾਕਾਰ। ਤਿਤਲੀਆਂ ਤਾਂ ਭਗਵੰਤ ਮਾਨ ਸਾਹਿਬ ਆਪ ਹੀ ਕਹਿੰਦੇ ਦੂਜੀ ਪਾਰਟੀ 'ਚ ਆਇਆਂ ਨੂੰ। ਔਰ ਅੱਜ ਪੰਜਾਬ ਅਰਵਿੰਦ ਕੇਜਰੀਵਾਲ ਨੂੰ, ਭਗਵੰਤ ਮਾਨ ਸਾਹਿਬ ਨੂੰ ਇਹ ਸਵਾਲ ਕਰਦਾ ਹੈ ਕਿ ਮੰਤਰੀਆਂ ਨੂੰ ਚੋਣ ਕਿਉਂ ਲੜਾਈ ਜਾ ਰਹੀ ਹੈ? ਕਿ ਮੰਤਰੀਆਂ ਨੂੰ ਸਿਰਫ ਇਸ ਗੱਲ ਕਰਕੇ ਚੋਣ ਲੜਾਈ ਜਾ ਰਹੀ ਹੈ ਕਿਉਂਕਿ ਸਾਰੇ ਸਰਵੇ ਦੇ ਵਿੱਚ ਆਮ ਆਦਮੀ ਪਾਰਟੀ ਬੁਰੇ ਤਰੀਕੇ ਦੇ ਨਾਲ ਹਾਰ ਰਹੀ ਹੈ? 2024 ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕਰਦੇ ਸਨ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਆਪਣੀ ਨੈਤਿਕ ਹਾਰ ਕਬੂਲ ਕਰ ਲਈ ਹੈ ਕਿਉਂਕਿ ਜਿਹੜੇ 8 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ ਉਹਦੇ 'ਚ 5 ਮੰਤਰੀ, 2 ਤਿਤਲੀਆਂ ਅਤੇ 1 ਕਲਾਕਾਰ। ਤਿਤਲੀਆਂ ਤਾਂ ਭਗਵੰਤ ਮਾਨ ਸਾਹਿਬ ਆਪ ਹੀ ਕਹਿੰਦੇ ਦੂਜੀ ਪਾਰਟੀ 'ਚ ਆਇਆਂ ਨੂੰ। ਸੋ ਸੁਸ਼ੀਲ ਰਿੰਕੂ ਹੋਣ, GP ਹੋਣ, ਇਹ ਨੇ ਤਿਤਲੀਆਂ। ਸੋ ਅੱਜ ਪਹਿਲਾਂ ਤਾਂ 2 ਮਿੰਟ ਦਾ ਮੌਨ ਬਣਦਾ ਹੈ ਆਮ ਆਦਮੀ ਪਾਰਟੀ ਦੇ ਉਹ ਦਰੀਆਂ ਵਿਛਾਉਣ ਵਾਲੇ ਵਰਕਰਾਂ ਲਈ ਜਿਨ੍ਹਾਂ ਨੂੰ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਹੈ ਆਮ ਘਰਾਂ ਦੇ ਨੌਜਵਾਨ ਨੂੰ ਇਹ ਮੌਕਾ ਦੇਵੇਗੀ, ਪਰ ਨਹੀਂ, ਇਹ ਤਾਂ ਮੰਤਰੀਆਂ ਨੂੰ, ਕਲਾਕਾਰਾਂ ਨੂੰ, ਤਿਤਲੀਆਂ ਨੂੰ ਮੌਕਾ ਦੇਣ ਵਾਲੀ ਪਾਰਟੀ ਹੈ। ਔਰ ਅੱਜ ਪੰਜਾਬ ਅਰਵਿੰਦ ਕੇਜਰੀਵਾਲ ਨੂੰ, ਭਗਵੰਤ ਮਾਨ ਸਾਹਿਬ ਨੂੰ ਇਹ ਸਵਾਲ ਕਰਦਾ ਹੈ ਕਿ ਮੰਤਰੀਆਂ ਨੂੰ ਚੋਣ ਕਿਉਂ ਲੜਾਈ ਜਾ ਰਹੀ ਹੈ? ਕਿਉਂਕਿ ਮੰਤਰੀ ਤਾਂ ਪੰਜਾਬ ਦੀ ਬਿਹਤਰੀ ਲਈ ਬਣਾਏ ਸੀ, ਪੰਜਾਬ ਦੇ ਲੋਕਾਂ ਤੱਕ ਪੋਲਿਸੀਆਂ ਪਹੁੰਚਾਉਣ ਦੇ ਲਈ ਬਣਾਏ ਸੀ, ਉਹਨਾਂ ਦੀਆਂ ਮੁਸ਼ਕਲਾਂ, ਦੁੱਖ ਤਕਲੀਫਾਂ ਦੂਰ ਕਰਨ ਦੇ ਲਈ ਬਣਾਏ ਸੀ। ਕਿ ਮੰਤਰੀਆਂ ਨੂੰ ਸਿਰਫ ਇਸ ਗੱਲ ਕਰਕੇ ਚੋਣ ਲੜਾਈ ਜਾ ਰਹੀ ਹੈ ਕਿਉਂਕਿ ਸਾਰੇ ਸਰਵੇ ਦੇ ਵਿੱਚ ਆਮ ਆਦਮੀ ਪਾਰਟੀ ਬੁਰੇ ਤਰੀਕੇ ਦੇ ਨਾਲ ਹਾਰ ਰਹੀ ਹੈ, ਤਾਂ ਜੋ ਇਹ ਮੰਤਰੀ ਆਪਣਾ ਦਬਦਬਾ, ਆਪਣੀ ਕੁਰਸੀ ਦਾ ਦੁਰਉਪਯੋਗ ਕਰਕੇ ਆਮ ਆਦਮੀ ਪਾਰਟੀ ਲਈ ਚੋਣਾਂ ਜਿੱਤ ਸਕਣ। ਸੋ ਅੱਜ ਪੰਜਾਬ ਦੇ ਗਵਰਨਰ ਸਾਹਿਬ ਨੂੰ ਅਪੀਲ ਹੈ ਕਿ ਇਹ ਜਿਹੜੇ ਮੰਤਰੀ ਨੇ ਇਹਨਾਂ ਤੋਂ ਅਸਤੀਫੇ ਲੈ ਜਾਣ ਤਾਂ ਜੋ ਇਹ ਆਪਣੇ ਅਹੁਦੇ ਦਾ ਦੁਰਉਪਯੋਗ ਨਾ ਕਰਨ। ਔਰ ਆਮ ਆਦਮੀ ਪਾਰਟੀ ਨੂੰ ਇੱਕ ਨਸੀਹਤ ਹੈ ਕਿ ਜਿਹੜੇ 92 MLA ਤੁਹਾਨੂੰ ਪੰਜਾਬ ਦੀ ਬਿਹਤਰੀ ਲਈ ਦਿੱਤੇ ਸੀ, ਉਹਨਾਂ ਤੋਂ ਪੰਜਾਬ ਦੇ ਲਈ ਕੰਮ ਲਓ, ਪੰਜਾਬ ਦੀ ਬਿਹਤਰੀ ਦੇ ਲਈ ਕੰਮ ਲਓ, ਲੋਕਾਂ ਦੀ ਭਲਾਈ ਦੇ ਲਈ ਕੰਮ ਲਓ। ਇਸ ਤਰੀਕੇ ਦੇ ਨਾਲ ਮੰਤਰੀਆਂ ਨੂੰ ਚੋਣਾਂ ਦੇ ਵਿੱਚ ਝੋਕ ਕੇ ਆਮ ਆਦਮੀ ਪਾਰਟੀ ਨੇ ਇੱਕ ਵੀ ਚੋਣ ਨਹੀਂ ਜਿੱਤ ਲੈਣੀ, ਉਰੇ ਕਰਾਰੀ ਹਾਰ ਹੋਣੀ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਜਿਹੜਾ ਗਠਬੰਧਨ ਹੈ ਪੰਜਾਬ ਦੇ ਵਿੱਚ ਲੁਕਿਆ ਹੋਇਆ, ਜਿਹੜਾ ਚੋਣਾਂ ਤੋਂ ਬਾਅਦ ਇਕੱਠੇ ਹੀ ਹੋ ਤੁਸੀਂ ਉਹ ਪਏ ਕਹਿੰਦੇ ਹੋ, ਸੋ ਇਹਨੂੰ ਲੋਕ ਬੁਰੇ ਤਰੀਕੇ ਦੇ ਨਾਲ ਨਕਾਰ ਦੇਣਗੇ। ਇਹ ਜਿਹੜੀਆਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ, 2024 ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕਰਦੇ ਸਨ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਆਪਣੀ ਨੈਤਿਕ ਹਾਰ ਕਬੂਲ ਕਰ ਲਈ ਤੇ ਜਿਹੜੇ 8 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ ਉਹਦੇ 'ਚ 5 ਮੰਤਰੀ, 2 ਤਿਤਲੀਆਂ ਅਤੇ 1 ਕਲਾਕਾਰ। ਤਿਤਲੀਆਂ ਤਾਂ ਭਗਵੰਤ ਮਾਨ ਸਾਹਿਬ ਆਪ ਹੀ ਕਹਿੰਦੇ ਦੂਜੀ ਪਾਰਟੀ 'ਚ ਆਇਆਂ ਨੂੰ। ਔਰ ਅੱਜ ਪੰਜਾਬ ਅਰਵਿੰਦ ਕੇਜਰੀਵਾਲ ਨੂੰ, ਭਗਵੰਤ ਮਾਨ ਸਾਹਿਬ ਨੂੰ ਇਹ ਸਵਾਲ ਕਰਦਾ ਹੈ ਕਿ ਮੰਤਰੀਆਂ ਨੂੰ ਚੋਣ ਕਿਉਂ ਲੜਾਈ ਜਾ ਰਹੀ ਹੈ? ਕਿ ਮੰਤਰੀਆਂ ਨੂੰ ਸਿਰਫ ਇਸ ਗੱਲ ਕਰਕੇ ਚੋਣ ਲੜਾਈ ਜਾ ਰਹੀ ਹੈ ਕਿਉਂਕਿ ਸਾਰੇ ਸਰਵੇ ਦੇ ਵਿੱਚ ਆਮ ਆਦਮੀ ਪਾਰਟੀ ਬੁਰੇ ਤਰੀਕੇ ਦੇ ਨਾਲ ਹਾਰ ਰਹੀ ਹੈ।